ਸਤਿ ਸ਼੍ਰੀ ਅਕਾਲ ਜੀ, ਮੈਂ ਅਮਨਦੀਪ ਕੌਰ ਵਿਲੇਜ ਰਾਹੀਂ ਪੰਜਾਬ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ। ਦੇਖੋ ਫਰੈਂਡਸ, ਸਵੇਰ ਦਾ ਟਾਈਮ ਹੈ, ਇਹ ਮੋਰਨਿੰਗ ਦੇ 5:30 ਹੋਏ ਨੇ, 5:15। ਇੱਧਰ ਪਾਪਾ ਜੀ ਨੇ ਟਰੈਕਟਰ ਸਟਾਰਟ ਕਰ ਲਿਆ ਅਤੇ ਇੱਧਰ ਮੇਰੇ ਸਰਦਾਰ ਜੀ ਟਰਾਲੀ 'ਚੋਂ ਮਿੱਟੀ ਹਟਾ ਰਹੇ ਨੇ, ਸਾਫ਼ ਕਰ ਰਹੇ ਨੇ, ਕਿਉਂਕਿ ਆਪਾਂ ਨੇ ਮਿੱਟੀ ਪਾਈ ਹੈ ਵਿਹੜੇ ਵਿੱਚ। ਬਾਕੀ ਰੋਜ਼ ਪਾਏ ਰਹੇ ਹਾਂ ਜਿੰਨੀ ਕੁ ਪੈਂਦੀ ਹੈ। ਪਾਪਾ ਜੀ ਜਿਹੜੇ ਖੇਤਾਂ ਵਿੱਚ ਕੱਖ ਲੈਣ ਜਾ ਰਹੇ ਨੇ, ਚੇਰੀ ਜਿਹੜੀ ਆਪਣੀ ਸੋਹਣੀ ਹੋ ਗਈ ਵੱਡੀ ਵੱਡੀ, ਜਿਹੜੀ ਪਹਿਲਾਂ ਦੀ ਬੀਜੀ ਹੋਵੇਗੀ। ਪਾਪਾ ਜੀ ਫਰੈਂਡਸ ਸਵੇਰੇ ਸਵੇਰੇ ਉਹ ਕੱਖ ਲਿਆਉਂਦੇ ਨੇ, ਕਿਉਂਕਿ ਫਿਰ ਤੁਹਾਨੂੰ ਪਤਾ ਦਿਨ 'ਚ ਧੁੱਪ ਜ਼ਿਆਦਾ ਹੋ ਜਾਂਦੀ ਹੈ, ਇਸ ਕਰਕੇ ਸੱਜਰੇ ਸੱਜਰੇ ਜਾ ਕੇ ਕੱਖ ਲਿਆਉਂਦੇ ਨੇ। ਅਤੇ ਅਸੀਂ ਵੀ ਅੱਜ ਹੁਣੇ ਉੱਠੇ ਹਾਂ, 5:15 ਲੇਟ ਹੋ ਗਏ ਸੀਗੇ। ਚਲੋ ਫਿਰ ਵੀ ਹਜੇ ਤਾਂ ਠੰਡਾ ਮੌਸਮ ਹੈ। ਉਸ ਤੋਂ ਪਹਿਲਾਂ ਫਰੈਂਡਸ, ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਅਤੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਤਾਂ ਪਲੀਜ਼ ਮੈਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ। ਪਾਪਾ ਜੀ ਟਰਾਲੀ ਲੈ ਕੇ ਭੱਜ ਗਏ ਹਟਾਉਣ। ਪਿੱਛੇ ਦੇਖਿਆ ਨਹੀਂ ਹੈਗਾ, ਸਰਦਾਰ ਜੀ ਆਵਾਜ਼ਾਂ ਮਾਰਦੇ ਰਹੇ। ਦੇਖੋ ਪਿੰਡਾਂ ਦੀ ਸਵੇਰ ਸਵੇਰ ਦਾ ਨਜ਼ਾਰਾ, ਸਰਦਾਰ ਜੀ ਦੀ ਦੌੜ ਲਵਾ ਤੀ, ਕਿਆ ਹੋ ਗਿਆ ਭਜਾਈ ਲੈ ਗਏ ਤੇ ਹੋਰ ਟਰਾਲੀ ਹੋਈ ਨਹੀਂ ਹੈਗੀ ਸਮਾਰ ਕੇ ਸਾਫ ਹੋਣਾ। ਦੇਖੋ ਇੱਧਰ ਮੱਛਰਦਾਨੀ, ਪਾਪਾ ਜੀ ਬਾਹਰ ਸੌਂਦੇ ਨੇ ਮੱਛਰਦਾਨੀ ਵਿੱਚ, ਕਿਉਂਕਿ ਬਾਹਰ ਦੀ ਹਵਾ ਜਿਹੜੀ ਠੰਡੀ ਠੰਡੀ ਹੁੰਦੀ ਹੈ। ਕੰਬਲ ਰੱਖਿਆ ਹੋਇਆ ਹੈ ਅੱਜ, ਕਿਉਂਕਿ ਬਾਹਰ ਹੈ ਜਿਹੜਾ ਮੌਸਮ ਠੰਡਾ ਹੁੰਦਾ, ਇਸ ਕਰਕੇ ਠੰਡ ਲੱਗਦੀ ਹੈ। ਫਿਰ ਦੇਖੋ ਉੱਧਰ ਸਾਹਮਣੇ ਆਪਾਂ ਨੇ ਮਿੱਟੀ ਪਾ ਲਈ ਕੁਛ, ਤਾਂ ਕੁਛ ਅਜੇ ਹੋਰ ਪਊਗੀ। ਤੁਸੀਂ ਹੁਣ ਖੇਤਾਂ 'ਚ ਚੱਲੇ, ਲਾਈਟ ਬੰਦ ਕਰ ਲਓ। ਲਾਈਟ ਹੁਣ ਦਿਨ ਕੀ ਹੋ ਗਈ, ਪਰਸੋਂ ਕੱਲ੍ਹ ਤਾਂ ਰਾਤ ਕੀਤੀ ਹੈ ਨਾ। ਲਓ ਜੀ ਸਰਦਾਰ ਜੀ ਚੱਲੇ ਆ ਹੁਣ ਪੌਦ ਭਰਨ ਖੇਤਾਂ ਵਿੱਚ। ਚਲੋ ਹੁਣ ਆਪਾਂ ਤੁਹਾਨੂੰ ਸਵੇਰੇ ਸਵੇਰੇ ਖੇਤਾਂ ਦਾ ਨਜ਼ਾਰਾ ਦਿਖਾਵਾਂਗੇ ਜਾ ਕੇ, ਕਿਉਂਕਿ ਸਵੇਰ ਦੀ ਲਾਈਟ ਹੋ ਗਈ। ਦੇਖੋ ਮੌਸਮ ਕਿੰਨਾ ਜ਼ਿਆਦਾ ਵਧੀਆ ਹੋਇਆ ਪਿਆ ਹੈ। ਗੁਰਦੁਆਰਾ ਸਾਹਿਬ ਵਿੱਚ ਗੁਰਬਾਣੀ ਦਾ ਪਾਠ ਚੱਲ ਰਿਹਾ ਹੈ। ਇੱਧਰ ਆਪਾਂ ਜਿਹੜੀਆਂ ਇਹ ਮਿੱਟੀ ਦੀਆਂ ਢੇਰੀਆਂ ਸੁੱਟੀਆਂ ਹੋਈਆਂ ਨੇ, ਇਹਨੂੰ ਪੱਧਰ ਕਰ ਲਾਂਗੇ ਫਿਰ ਦਿਨ ਵਿੱਚ। ਅੰਕਲ ਜੀ ਹੁਣੇ ਆ ਜਾਣਗੇ ਜਦੋਂ, ਫਿਰ ਆਪਾਂ ਇੱਥੇ ਲਾਵਾਂਗੇ ਸਬਜ਼ੀਆਂ ਵਗੈਰਾ। ਸਬਜ਼ੀਆਂ ਵਗੈਰਾ ਦੀ ਵੀ ਆਪਾਂ ਤੁਹਾਡੇ ਨਾਲ ਵੀਡੀਓ ਅਪਲੋਡ ਕਰਾਂਗੇ। ਇਹਨਾਂ ਟੈਂਕੀ ਭਰ ਗਈ ਸੀਗੀ ਰਾਤ ਜ਼ਿਆਦਾ, ਇਸ ਕਰਕੇ ਪਾਣੀ ਉੱਛਲ ਗਿਆ। ਦੇਖੋ ਆਪਾਂ ਤੁਹਾਨੂੰ ਬਾਹਰ ਖੇਤਾਂ ਦਾ ਨਜ਼ਾਰਾ ਵੀ ਦਿਖਾਉਂਦੇ ਹਾਂ। ਇੱਧਰ ਆਪਣੀ ਚੇਰੀ ਬੀਜੀ ਹੋਈ ਹੈ, ਵੱਟਾਂ ਕੱਢੀਆਂ ਹੋਈਆਂ ਨੇ ਡੋਲਾਂ। ਚੇਰੀ ਹੈ ਜਿਹੜੀ ਪਾਣੀ ਦੇਣ ਵਾਲੀ ਹੋ ਰਹੀ ਹੈ, ਪਾਣੀ ਦੇਵਾਂਗੇ ਆਪਾਂ ਫਿਰ ਚੇਰੀ ਨੂੰ। ਚਲੋ ਜੀ ਹੁਣ ਆਪਾਂ ਉਹ ਦੇਖੋ ਤੁਹਾਨੂੰ ਸਾਹਮਣੇ ਦਿਸ ਰਿਹਾ ਹੋਣਾ, ਹਜੇ ਤਾਂ ਸੂਰਜ ਵੀ ਨਹੀਂ ਚੜ੍ਹਿਆ, ਹਜੇ ਯੈਲੋ ਯੈਲੋ ਜਿਹਾ ਹੋਇਆ ਹੈ। ਪਿੰਡਾਂ ਦੀ ਸਵੇਰ ਦੇਖੋ ਕਿੰਨੀ ਸ਼ਾਨਦਾਰ ਹੁੰਦੀ ਹੈ, ਕਿੰਨਾ ਵਧੀਆ ਦਿਲ ਲੱਗਦਾ ਪਿੰਡਾਂ ਵਿੱਚ। ਲੋ ਜੀ ਆਪਾਂ ਪੋਤਾਂ ਭਰ ਲਈ, ਹੁਣ ਦੂਸਰੀ ਪੋਤ ਪਾ ਗਏ ਪਨੀਰੀ ਵਾ। ਪਾਣੀ ਥੋੜਾ ਹੀ ਆ ਅੰਕਲ, ਇਸ ਮੋਟਰ ਮਾ ਪਾਣੀ ਥੋੜਾ ਹੀ ਆ, ਪਰਲੀ ਮੈਂ ਜਾਂਦਾ।
ਝੂਟੇ ਜਾਓ ਤਾਂ ਹਵਾ ਹੋਏਗੀ ਵਿੱਚ। ਇਹ ਫਿਰ ਸਿੱਧੇ ਨੱਖੇ ਫੜ ਦੋ ਇੱਕੇ ਕਿਆਰੇ ਮੈਂ ਤੇ ਉਸਮਾ ਦੇ ਵੀ ਫੜ ਦੋ ਜਿਹਾ ਵੱਢਣੇ ਉਸਮਾ ਦੇ ਸਿੱਧੇ ਲਿਆਵਾਈ ਸਾਡੇ ਕੋਲ ਨੀ ਵੱਢੇ ਜਾਂਦੇ ਨਹੀਂ ਮੁੰਡੇ ਸਾਡੇ ਕੰਮ ਦੇ ਮੈਂ ਸਿੰਪਲ ਪਾਣੀ ਲਿਆਈ ਹੈ ਨੋਰਮਲ ਪਾਣੀ ਫਿਲਟਰ ਗਏ ਅੰਕਲ Thank you.
चलो जी फ्रेंड्स, उधर सरदार जी ने तो रोटी खा रहे ने ते उधर मैं जेड़ा गड्डी दे विच्चे बैठे। चलो आओ तो अपन थोनू इधर दिखा के लिया भी जी डेकां ने वढ़ती आ, फिर आपां इन्हां नूं सुका लांगे, फिर ये चुल्हे विच बालण दे काम आणगे। देखो इधर किन्नी सारी डेकां वड्डियां पईआं ने सारियां, ते हवा भी बहुत ज़्यादा सोहनी चल रही है, ठंडी ठंडी हवा है। देखो सवेर दी पिंडां वालिआं दी खेतां दी सैर, सवेरे सवेरे सरदार जी दा खेतां विच आ गई सीगी। इह मोटर अपनी ओह है जिथे अमरूद है, देखो अमरूद ते वी डेक डिग्गी पई है, कहिंदे पहिलां वी टेढ़ा ही सीगा, इह वाला अमरूद ते इधरला तां सुक्का पिआ ते ओह इधर वाला अमरूद टेढ़ा हो गया। बाकी जिहड़ीआं इह लकड़ियां आपां ने वड्डीआं ने डेक दीआं, इहनां नूं आपां सुका के फिर इह चुल्हे 'च बालण दे काम आणगीआं। एक अमरूद इधर रहा, इन तो छोटे छोटे अमरूद मैं लगता लग रहे ने। हाँ जी इन तो लग रहे ने अमरूद ने जोड़े छोटे छोटे, तो कि वधिया मौसम है सवेर का, दरख्तों की संघी संघनी ठंडी छां। सरदार जी अज सवेरे सवेरे 5 बजे 5:30 बजे खेतों में आ गए थे, तो फिर मैं तो उदम असी रोटी लियाए, मैं चलो भी सवेर दे गए हुए ने। लाइट तो भज गई है ना मोटर की, लाइट भज गई सी मोटर की। बाकी इधर अपने खेत से यह बट्टा पाई हुई ने, एक दो दिन अपने पानी छड़ देना है, फिर आप लगावे जीरी। पढ़ लव खाली रोटी ਉਹੀ ਪਾ ਲਿਆ ਹੋਰ ਕਿਆ, 2-3 ਲੀਟਰ ਕਿਹੜਾ।
ਮਿੱਟੀ ਤਾਰੇ ਕਰਾਂ ਮਿੱਟੀ ਤਾਰ ਦੇ ਉੱਪਰ ਕਰੋ ਲਾਓ ਮਿੱਟੀ ਉਹ ਕਿੱਕਰ ਵੱਡੇ ਉਹ ਤਾਂ ਲੱਕੜੀਆਂ ਵਾਸਤੇ ਹੈ ਚੱਲ ਫਿਰ ਸੈਰ ਕਰਾਈ। ਚਲੋ ਜੀ ਹੁਣ ਆਪਾਂ ਘਰ ਨੂੰ ਚੱਲਦੇ ਹਾਂ, ਰੋਟੀ ਖਾ ਹੋ ਗਈ। ਚਲੋ ਆਓ ਚੱਲੀਏ ਘਰ ਨੂੰ।